ਅਮਰੀਕਾ ਦੇ ਕਨੈਟੀਕਟ ਸੂਬੇ ਵਿੱਚ 1 ਜੂਨ ਨੂੰ 1984 ਘੱਲੂਘਾਰੇ ਦੀ ਯਾਦਗਾਰ ਸਥਾਪਿਤ ਕਰਨ ਦੇ ਨਾਲ ਨਾਲ ਇੱਕ ਹੋਰ ਇਤਿਹਾਸ ਵੀ ਸਿਰਜਿਆ ਗਿਆ। ਇੱਥੇ ਨਾਰਵਿਚ ਸ਼ਹਿਰ ਦੇ ਡਾਊਨਟਾਊਨ ਵਿੱਚ ਪੰਜਾਬ ਦਾ ਝੰਡਾ ਸਦਾ ਲਈ ਲਹਿਰਾ ਦਿੱਤਾ ਗਿਆ। ਇਹ ਉਪਰਾਲਾ ਕਰਨ ਵਾਲੇ ਸਿੱਖਾਂ ਮੁਤਾਬਕ ਪੰਜਾਬ ਦਾ ਇਹ ਝੰਡਾ ਆਜ਼ਾਦ ਪੰਜਾਬ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਵੱਲ ਪਹਿਲਾ ਕਦਮ ਹੈ। ਡਾਊਨਟਾਊਨ ਵਿੱਚ ਇੱਕ ਪੰਜਾਬੀ ਵਿਅਕਤੀ ਦੇ ਰੈਸਟੋਰੈਂਟ ਦੇ ਬਾਹਰ ਇਹ ਝੰਡਾ ਲਹਿਰਾਇਆ ਗਿਆ, ਜਿੱਥੇ ਭਾਰਤੀ ਤਿਰੰਗੇ ਦੇ ਨਾਲ ਹੋਰ ਵੀ ਕਈ ਮੁਲਕਾਂ ਦੇ ਝੰਡੇ ਪਹਿਲਾਂ ਤੋਂ ਹੀ ਲਹਿਰਾ ਰਹੇ ਨੇ। ਡਾਊਨਟਾਊਨ ਵਿੱਚ ਵੱਖ ਵੱਖ ਮੁਲਕਾਂ ਦੇ ਝੰਡੇ ਲਹਿਰਾਉਣ ਦਾ ਫੈਸਲਾ ਸਿਟੀ ਕੌਂਸਲ ਦਾ ਹੈ। ਇਸ ਝੰਡੇ ਦਾ ਡਿਜ਼ਾਈਨ ਸਿੱਖ ਸੁਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਤੇ ਨਾਰਵਿਚ ਪਲਾਨਿੰਗ ਬੋਰਡ ਦੇ ਮੈਂਬਰ ਸਵਰਨਜੀਤ ਸਿੰਘ ਖਾਲਸਾ ਵੱਲੋਂ ਸੰਗਤ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ। ਆਜ਼ਾਦ ਪੰਜਾਬ ਦੇ ਝੰਡੇ ਦਾ ਡਿਜ਼ਾਈਨ ਡੂੰਘੀ ਖੋਜ ਮਗਰੋਂ ਤਿਆਰ ਕੀਤਾ ਗਿਆ। ਮੇਰੀ ਬੇਨਤੀ ਹੈ ਈਵਨ ਕਿ ਪੰਜਾਬ ਦੇ ਵਿੱਚ ਵਸਦੇ ਲੋਕਾਂ ਨੂੰ ਵੀ ਪੰਜਾਬ ਨੈਸ਼ਨਲਿਜ਼ਮ ਨੂੰ ਜ਼ਰੂਰ ਵਧਾਓ, ਤੁਹਾਡੇ ਕੋਲ ਆਪਣਾ ਇੱਕ ਸਟੇਟ ਦਾ ਫਲੈਗ ਹੋਣਾ ਚਾਹੀਦਾ। ਮੈਂ ਸਿਰਫ ਤੇ ਸਿਰਫ ਤੁਹਾਨੂੰ ਇਹ ਡਿਜ਼ਾਈਨ ਦਾ ਥੋੜ੍ਹਾ ਜਿਹਾ ਵੇਰਵਾ ਦੇਣਾ, ਫਿਰ ਅਸੀਂ ਫਲੈਗ ਹੋਸਟਿੰਗ ਕਰਨੀ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ, ਸਿੱਖਾਂ ਦਾ ਮਿਸ਼ਨ ਹੈਗਾ ਦੇਗ ਦੇਗ ਫਤਿਹ, ਜੋ ਕਿ ਅਸੀਂ ਪੂਰੇ ਵਰਲਡ ਦੇ ਵਿੱਚ ਫੈਲਾਉਣਾ ਬਈ, ਜਿੱਥੇ ਕਿ ਕੋਈ ਵੀ ਬੰਦਾ ਭੁੱਖਾ ਨਾ ਮਰੇ, ਜਿੱਥੇ ਸਾਰਿਆਂ ਨੂੰ ਜਸਟਿਸ ਮਿਲੇ, ਅਤੇ ਫਤਿਹ ਫਿਰ ਆਪੇ ਹੀ ਗੁਰੂ ਸਾਹਿਬ ਸਾਡੀ ਝੋਲੀ 'ਚ ਪਾਉਣਗੇ। ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਐਗਰੀਕਲਚਰ ਸਾਡੀ ਮੇਨ ਓਕੂਪੇਸ਼ਨ ਹੈ ਪੰਜਾਬ ਦੀ, ਅਸੀਂ ਇਹਨੂੰ ਇਨਕਲੂਡ ਕਰਕੇ ਉਹ ਦਿਖਾਈਏ। ਫਿਰ ਸਪਿਰਚੁਐਲਿਟੀ ਲਈ ਸਾਡੇ ਜਿਹੜੇ ਤੇਗ ਹੈਗੀ ਹੈ, ਜਸਟਿਸ ਦਾ ਜਿਹੜਾ ਪ੍ਰਤੀਕ ਹੈ ਕਿਰਪਾਨ, ਉਹ ਵੀ ਵਿੱਚ ਇੰਬੈਡ ਕੀਤੀ ਹੈ। ਨਾਲ ਹੈ 5 ਰਿਵਰਸ, ਪੰਜਾਬ ਲੈਂਡ ਆਫ 5 ਰਿਵਰਸ, ਦੀਜ਼ ਲਾਈਨਸ ਰਿਪ੍ਰਜੈਂਟ ਦ ਰਿਵਰਸ ਆਫ ਪੰਜਾਬ, ਅਤੇ ਥੱਲੇ ਦੇਗ ਤੇਗ ਫਤਿਹ, ਵਿੱਚ ਮੀਨਸ ਇਕਨੋਮਿਕ ਪ੍ਰੋਸਪੈਰਿਟੀ ਫੋਰ ਐਵਰੀਵਨ, ਰਿਲੀਜੀਅਸ ਫਰੀਡਮ ਫੋਰ ਐਵਰੀਵਨ, ਐਂਡ ਪੰਜਾਬ ਐਂਡ ਸਿੱਖ ਹੋਮਲੈਂਡ। ਸੋ ਇਹ ਜਿਹੜਾ ਅਸੀਂ ਇੱਕ ਪ੍ਰਪੋਜ਼ਡ ਫਲੈਗ ਆਫ ਪੰਜਾਬ ਬਣਾਇਆ। ਕਨੈਟੀਕਟ ਵਸਦੇ ਸਿੱਖਾਂ ਮੁਤਾਬਕ ਆਉਣ ਵਾਲੇ ਸਮੇਂ ਵਿੱਚ ਉਹ ਗਵਰਨਰ ਨੂੰ ਅਪੀਲ ਕਰਕੇ ਸੂਬੇ ਦੀ ਪਾਰਲੀਮੈਂਟ ਦੀ ਛੱਤ ਉੱਤੇ ਵੀ ਅਮਰੀਕਾ ਦੇ ਝੰਡੇ ਨਾਲ ਪੰਜਾਬ ਦਾ ਝੰਡਾ ਲਹਿਰਾਉਣ ਲਈ ਯਤਨ ਕਰਨਗੇ। ਮੌਜੂਦਾ ਹਾਲਾਤਾਂ ਵਿੱਚ ਤਕਰੀਬਨ ਹਰ ਸਿੱਖ ਦੀ ਦਿਲੀ ਤਮੰਨਾ ਹੈ ਕਿ ਭਾਰਤੀ ਸਟੇਟ ਵਿੱਚ ਵਸਦਾ ਪੰਜਾਬ ਮੌਜੂਦਾ ਸਿਸਟਮ ਤੋਂ ਆਜ਼ਾਦ ਹੋ ਕੇ ਮੁੜ ਸ਼ੇਰੇ ਪੰਜਾਬ ਦੇ ਸਮੇਂ ਵਰਗੀ ਆਜ਼ਾਦ ਹਸਤੀ ਕਾਇਮ ਕਰੇ।